ਅੱਜ ਤਰਖਾਣ ਅਤੇ ਜੱਟ ਵਿੱਚ ਇੱਕ ਸ਼ਰਤ ਲੱਗ ਜਾਂਦੀ ਹੈ, ਇੱਕ ਬੰਨੇ ਤਰਖਾਣ ਹੁੰਦਾ ਅਤੇ ਦੂਜੇ ਬੰਨੇ ਜੱਟ ਹੁੰਦਾ ਹੈ ਅਤੇ ਕਹਿੰਦਾ ਹੈ ਘੱਟ ਸੱਟਾਂ ਵਿੱਚ ਪਹਿਲਾਂ ਮੇਖ ਦੇਖਦੇ ਹਾਂ ਕਿਹੜਾ ਠੋਕਦਾ ਹੈ, ਤਾਂ ਪਹਿਲਾਂ ਜੱਟ ਠੋਕਦਾ ਹੈ ਅਤੇ ਫਿਰ ਤਰਖਾਣ ਠੋਕਦਾ ਹੈ, ਅਤੇ ਤਰਖਾਣ ਕਹਿੰਦਾ ਤਰਖਾਣ ਦੀ ਸੱਟ ਜ਼ਿਆਦਾ ਹੁੰਦੀ ਹੈ ਅਤੇ ਮੈਂ ਪਹਿਲਾਂ ਠੋਕ ਦਿਆਂਗਾ। ਆਓ ਵਿਹਨੇ ਹਾਂ 'ਚ ਪਹਿਲਾਂ ਕਿਹੜਾ ਤਰਖਾਣ ਮਤਲਬ ਮੇਖ ਠੋਕਦਾ ਹੈ ਤਾਂ ਜੱਟ, ਜੱਟ ਵੇਖੋ ਹੁਣ ਸ਼ੁਰੂ ਹੋਣ ਲੱਗਾ ਹੈ ਤਰਖਾਣ ਵੱਲ ਵੇਖਣ ਦਿਆ ਅਤੇ ਹੱਸਣ ਦਿਆ, ਕਿਉਂਕਿ ਉਹਨੂੰ ਪਤਾ ਸੀ ਕਿ ਜੱਟ ਤੋਂ ਮੇਖ ਨਹੀਂ ਠੋਕੀ ਜਾਣੀ, ਪਰ ਐਂਡ 'ਚ ਹੁੰਦਾ ਕੀ ਹੈ ਆਓ ਤੁਹਾਨੂੰ ਵੀ ਦਿਖਾਉਂਦੇ ਹਾਂ ਸਾਰੀ ਵੀਡੀਓ। ਜੇਕਰ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਜ਼ਰੂਰ ਕਰਿਓ ਅਤੇ ਐਵੇਂ ਦੀਆਂ ਹੋਰ ਨਾ ਵੀਡੀਓ ਦੇਖਣ ਲਈ ਆਪਣੇ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ। ਧੰਨਵਾਦ। ਚਲੋ ਵੀ ਇੱਕ ਮਿੰਟ ਰੁਕੋ ਰੁਕੋ ਇੱਕ ਦੋ ਤਿੰਨ ਚਾਰ ਪੰਜ 14 ਦੇਖੀ ਤਖਾਣ ਦੀ ਸੱਟ ਭੈਣ ਦਾ ਯਾਰ ਇੱਧਰ। ਅਖੀਰ ਵਿੱਚ ਤੁਸੀਂ ਦੇਖਦੇ ਹੋ ਕਿ ਤਰਖਾਣ ਉਹ 5 ਸੱਟਾਂ ਵਿੱਚ ਹੀ ਮੇਖ ਨੂੰ ਠੋਕ ਦਿੰਦਾ ਹੈ ਅਤੇ ਉਹ ਮੁਕਾਬਲਾ ਤਰਖਾਣ ਜੱਟ ਤੋਂ ਜਿੱਤ ਜਾਂਦਾ ਹੈ।